ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਸੁਨੀਲ ਜਾਖੜ ਦੇ ਅਸਤੀਫੇ ਦੀ ਖਬਰ ਅਫਵਾਹ। ਪੰਜਾਬ ਬੀਜੇਪੀ ਨੇ ਖਬਰਾਂ ਦਾ ਕੀਤਾ ਖੰਡਨ। ਪਾਰਟੀ ਹਾਈਕਮਾਨ ਨੂੰ ਅਸਤੀਫੇ ਬਾਰੇ ਨਹੀਂ ਕੋਈ ਜਾਣਕਾਰੀ। ਕੇਂਦਰ ਸਰਕਾਰ ਨੇ ਮਜ਼ਦੂਰਾਂ ਨੂੰ ਦਿੱਤਾ ਤੋਹਫ਼ਾ। ਘੱਟੋ ਘੱਟ ਮਜ਼ਦੂਰੀ ਵਧਾ 1 ਅਕਤੂਬਰ ਤੋਂ ਲਾਗੂ ਹੋਣਗੇ ਨਵੀਆਂ ਦਰਾਂ। ਅੰਮ੍ਰਿਤਸਰ ਦੇ ਕੱਥੂ ਨੰਗਲ 'ਚ ਲੰਬੜਦਾਰ ਦਾ ਫੌਜੀ ਨੇ ਕੀਤਾ ਕਤਲ। ਬੱਚਿਆਂ ਦੀ ਹੋਈ ਲੜਾਈ 'ਚ ਚਲਾਈਆਂ ਗਈਆਂ ਗੋਲੀਆਂ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਖਬਰ ਅਫਵਾਹ ਹੈ। ਪੰਜਾਬ ਭਾਜਪਾ ਨੇ ਅਸਤੀਫੇ ਦੀ ਖਬਰ ਦਾ ਖੰਡਨ ਕੀਤਾ ਅਤੇ ਇਸ ਬਾਰੇ ਹਾਈਕਮਾਨ ਨੂੰ ਕੋਈ ਜਾਣਕਾਰੀ ਨਹੀਂ ਹੈ। ਜਾਖੜ ਦੀ ਨਾਰਾਜ਼ਗੀ ਵਾਲੀਆਂ ਖਬਰਾਂ ਦਾ ਵੀ ਬੀਜੇਪੀ ਨੇ ਖੰਡਨ ਕੀਤਾ ਹੈ। ਕਿਹਾ ਕਿ ਉਹ ਪਹਿਲਾਂ ਵਾਂਗ ਬੀਜੇਪੀ ਦੇ ਸੂਬਾ ਪ੍ਰਧਾਨ ਵਜੋਂ ਪਾਰਟੀ ਵਿੱਚ ਕੰਮ ਕਰ ਰਹੇ ਨੇ। ਨਿੱਜੀ ਕਾਰਨਾਂ ਕਰਕੇ ਬੀਤੇ ਦਿਨੀ ਮੈਂਬਰਸ਼ਿਪ ਮੁਹਿੰਮ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋ ਸਕੇ ਸਨ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਪਿਛਲੇ ਕੁਝ ਦਿਨਾਂ ਤੋਂ ਪਾਰਟੀ ਦੇ ਪ੍ਰੋਗਰਾਮਾਂ 'ਚ ਸਰਗਰਮ ਨਹੀਂ ਸਨ, ਜਿਸ ਕਾਰਨ ਉਹਨਾਂ ਦੇ ਅਸਤੀਫੇ ਦੀਆਂ ਖਬਰਾਂ ਆ ਰਹੀਆਂ ਸਨ। ਕੇਂਦਰ ਸਰਕਾਰ ਨੇ ਪਰਿਵਰਤਨਸ਼ੀਲ ਮਹਿੰਗਾਈ ਭੱਤੇ 'ਚ ਸੋਧ ਕਰਕੇ ਗੈਰ ਸੰਗਠਿਤ ਖੇਤਰ ਦੇ ਮਜ਼ਦੂਰਾਂ ਦੀ ਮਜ਼ਦੂਰੀ 'ਚ ਵਾਧਾ ਕੀਤਾ। ਇਸ ਦਾ ਟੀਚਾ ਮਜ਼ਦੂਰਾਂ ਨੂੰ ਰੋਜ਼ੀ ਰੋਟੀ ਦੀ ਵੱਧਦੀ ਲਾਗਤ ਨਾਲ ਜਿੱਠਣ 'ਚ ਮਦਦ ਕਰਨਾ ਹੋਏਗਾ। ਨਵੀਂ ਮਜ਼ਦੂਰੀ ਦੀਆਂ ਦਰਾਂ 1 ਅਕਤੂਬਰ ਤੋਂ ਲਾਗੂ ਹੋਣਗੀਆਂ। ਪਿਛਲੀ ਸੋਧ April 2024 'ਚ ਕੀਤੀ ਗਈ ਸੀ। ਕੇਂਦਰੀ ਖੇਤਰ ਦੇ ਅਦਾਰਿਆਂ ਦੇ ਅਧੀਨ ਭਵਨ ਨਿਰਮਾਣ, ਲੋਡਿੰਗ ਅਨਲੋਡਿੰਗ, ਸਵੀਪਿੰਗ, ਕਲੀਨਿੰਗ, ਹਾਊਸਕੀਪਿੰਗ, ਮਾਈਨਿੰਗ ਅਤੇ ਖੇਤੀ ਸਮੇਤ ਵੱਖ ਵੱਖ ਖੇਤਰਾਂ 'ਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਇਸਦਾ ਲਾਭ ਮਿਲੇਗਾ। ਸੋਧ ਤੋਂ ਬਾਅਦ ਭੂਗੋਲਿਕ ਖੇਤਰ 'ਚ ਨਿਰਮਾਣ, ਝਾੜੂ ਲਾਉਣਾ, ਸਫਾਈ ਕਰਨਾ, ਲੋਡਿੰਗ ਅਤੇ ਅਨਲੋਡਿੰਗ 'ਚ ਲੱਗੇ ਅਨਸਕਿਲਡ ਮਜ਼ਦੂਰਾਂ ਦੀ ਘੱਟੋ ਘੱਟ ਮਜ਼ਦੂਰੀ ਦਰ 783 ਰੁਪਏ ਰੋਜ਼ਾਨਾ, ਸੈਮੀ ਸਕਿਲਡ ਮਜ਼ਦੂਰਾਂ ਲਈ 868 ਰੁਪਏ ਰੋਜ਼ਾਨਾ ਹੋਵੇਗੀ ਅਤੇ ਉੱਥੇ ਹੀ ਸਕਿਲਡ ਮਜ਼ਦੂਰਾਂ ਲਈ ਮਜ਼ਦੂਰੀ ਦਰ 954 ਰੁਪਏ ਰੋਜ਼ਾਨਾ ਅਤੇ ਹਾਈ ਸਕਿਲਡ ਮਜ਼ਦੂਰਾਂ ਲਈ 1035 ਰੁਪਏ ਰੋਜ਼ਾਨਾ ਹੋਵੇਗੀ। ਅੰਮ੍ਰਿਤਸਰ ਦੇ ਕੱਥੂ ਨੰਗਲ ਦੇ ਨਾਲ ਲੱਗਦੇ ਪਿੰਡ ਸਰਹਾਲਾ ਵਿਖੇ ਮੌਜੂਦਾ ਲੰਬੜਦਾਰ ਨੂੰ ਉਸਦੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਫੌਜੀ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਸਕੂਲ ਦੇ ਵਿੱਚ ਛੋਟੇ ਬੱਚਿਆਂ ਦੀ ਹੋਈ ਲੜਾਈ ਨੂੰ ਲੈ ਕੇ ਲੰਬੜਦਾਰ ਦੇ ਉੱਪਰ ਇੱਕ ਫੌਜੀ ਵੱਲੋਂ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਕਿ 4 ਤੋਂ 5 ਗੋਲੀਆਂ ਲੰਬੜਦਾਰ ਦੇ ਲੱਗੀਆਂ, ਜਿਸ ਦੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਮੌਤ ਹੋ ਗਈ ਹੈ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ। ਦੇਖੋ ਭਗਵੰਤ ਮਾਨ ਸਾਹਿਬ, ਅਸੀਂ ਵੀ NRI ਆ, ਮੈਂ ਦੁਬਈ ਰਹਿੰਦਾ ਵਾਂ, ਪਰ ਭਾਅ ਜੀ ਉੱਥੇ ਇਹ ਕੰਮ ਨਹੀਂ ਜੇ ਹੁੰਦਾ। ਉੱਥੇ ਮਾੜਾ ਜਿਹਾ ਵੀ ਕੰਮ ਹੁੰਦਾ ਵਾ ਅਤੇ ਉੱਥੇ ਬਿਲਕੁਲ ਜਿਹੜਾ ਇਨਸਾਫ ਇਨਸਾਫ ਹੁੰਦਾ ਵਾ, ਪਰ ਇਹ ਭਾਅ ਜੀ ਗਲਤ ਹੋਇਆ ਜੀ। ਸਾਡੇ ਫੁੱਫੜ ਜੀ ਹੁਣ ਦੇਖੋ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ, ਅਤੇ ਉਹਨਾਂ ਦੇ ਵੀ ਦੋ ਬੇਟੇ ਜਿਹੜੇ ਆ NRI ਨੇ, ਦੋਨੋਂ ਬਾਹਰ ਆ, ਅਤੇ ਛੋਟਾ ਬੇਟਾ ਹੁਣ ਆਇਆ ਵਾ ਅਤੇ ਵੱਡੇ ਦਾ ਉਹਨਾਂ ਦਾ ਪਤਾ ਨਹੀਂ, ਕਿਉਂਕਿ ਉਹ ਪੱਕੇ ਨਹੀਂ ਹੈਗੇ ਉੱਥੇ ਬਾਹਰ ਪੁਰਤਗਾਲ ਦੇ ਵਿੱਚ, ਉਹ ਆ ਨਹੀਂ ਸਕਦੇ ਅਤੇ ਘਰ ਦਾ ਪਾਸਾ ਪਲਟ ਗਿਆ ਜੀ। ਪਰ ਭਗਵੰਤ ਮਾਨ ਸਾਹਿਬ, ਅਸੀਂ ਤੁਹਾਨੂੰ ਇਹੋ ਰਿਕੁਐਸਟ ਕਰਦੇ ਹਾਂ ਕਿ ਸਰ ਪਲੀਜ਼
ਇਹ ਪੰਜਾਬ ਵੱਲ ਧਿਆਨ ਦਿਓ, ਕਿਉਂਕਿ ਪੰਜਾਬ ਸਾਡਾ ਉੱਜੜਦਾ ਜਾ ਰਿਹਾ ਜੀ। ਇੱਕ ਤਾਂ ਨਸ਼ਿਆਂ ਨੇ ਜਾੜਦਾ ਜੀ, ਦੂਜਾ ਜਿਹੜੀ ਗੁੰਡਾਗਰਦੀ ਇਹ ਆਪਣੇ ਬਹੁਤ ਵੱਧ ਗਈ ਹੈ ਜੀ। ਆਇਆ ਸੀ ਫਾਦਰ ਅਮਨਪ੍ਰੀਤ, ਉਹਦੇ ਨਾਲ 5 ਜਣੇ ਸੀ, ਉਹ ਇੱਥੇ ਆਏ ਸੀ ਕੋਈ ਇਹਨਾਂ ਨਾਲ ਗੱਲਬਾਤ ਕਰਨ। ਉਹਨੇ ਇਹਦੇ ਮਹਿੰਦਰ ਭਗਵੰਤ ਸਿੰਘ ਦੇ ਆਪਣਾ ਫਾਇਰ ਮਾਰਤਾ ਤੇ FIR ਨੰਬਰ ਦਰਜ ਕਰ ਲਿਆ ਤੇ ਬੰਦੇ ਆਪਣਾ ਫੜ ਰਹੇ। ਅੰਮ੍ਰਿਤਸਰ ਦੇ ਫਲਾਈਓਵਰ ਦੇ ਉੱਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਹਾਦਸੇ ਤੋਂ ਬਾਅਦ ਮੋਟਰਸਾਈਕਲ ਸਵਾਰ ਪੁਲਾਂ ਤੋਂ ਹੇਠਾਂ ਸੜਕ 'ਤੇ ਅੱਡ ਗਿਆ, ਜਿਸ ਨੂੰ ਡਿਊਟੀ ਅਫਸਰ ਨੇ ਹਸਪਤਾਲ ਪਹੁੰਚਾਇਆ। ਉਹਨੇ ਦੱਸਿਆ ਕਿ ਨੌਜਵਾਨ ਦੀ ਹਾਲਤ ਕਾਫੀ ਗੰਭੀਰ ਹੈ। ਮੁੱਢਲੀ ਜਾਣਕਾਰੀ ਮਿਲੀ ਹੈ ਕਿ ਕਿਸੇ ਗੱਡੀ ਦੀ ਫੇਟ ਵੱਜਣ ਕਾਰਨ ਉਹ ਪੁਲ ਤੋਂ ਹੇਠਾਂ ਅੱਡ ਗਿਆ। ਪ੍ਰਦੀਪ ਕੁਮਾਰ ਤੇ ਕਿੱਥੋਂ ਦਾ ਰਹਿਣ ਵਾਲਾ ਸੀ? ਪੁਤਲੀ ਘਰ ਤੇ ਫੈਕਟਰੀ ਤੋਂ ਘਰ ਜਾ ਰਿਹਾ ਸੀ, ਘਰ ਛੁੱਟੀ ਕਰਕੇ ਜਾ ਰਿਹਾ ਸੀ। ਤੇ ਕੀ ਐਕਸੀਡੈਂਟ ਕਿਹੜੀ ਜਗ੍ਹਾ ਤੇ ਹੋਇਆ? ਰਾਮਤਲਾਈ ਰੌਂਡ ਸੈਂਡ ਪੁਲ ਤੋਂ। ਪੁਲ ਤੋਂ? ਹਾਂਜੀ। ਤੇ ਐਕਸੀਡੈਂਟ ਕਾਹਦੇ ਕਿਸ ਗੱਡੀ ਦੇ ਨਾਲ ਹੋਇਆ? ਉਹ ਸਾਨੂੰ ਇੰਨਾ ਨਹੀਂ ਪਤਾ ਸਰ, ਅਸੀਂ ਤੇ ਭੱਜ ਦੌੜ 'ਚ ਫੋਨ ਆਇਆ ਕਿਸੇ ਦਾ ਤੇ ਅਸੀਂ ਆ ਗਏ ਹਾਂ। ਲੜਕੇ ਜਾਣ ਠੀਕ ਹੈ, ਬਾਕੀ ਹੈਲਮੈਟ ਪਾਇਆ ਸੀ ਉਹਨੇ, ਬਾਕੀ ਲੱਤਾਂ ਦੇ ਥੋੜ੍ਹਾ ਹੈ, ਬਚਾਅ ਹੋ ਗਿਆ। ਬੀਤੇ ਦਿਨੀ ਨਜਾਇਜ਼ ਸਬੰਧਾਂ ਦੇ ਚੱਲਦੇ ਇੱਕ 50 ਸਾਲਾ ਹਰਪਾਲ ਕੌਰ ਨਾਂ ਦੀ ਮਹਿਲਾ ਦਾ ਉਸਦੇ ਹੀ ਪ੍ਰੇਮੀ ਵੱਲੋਂ ਕੀਤੇ ਗਏ ਕਤਲ ਦੇ ਮਾਮਲੇ 'ਚ ਔਰਤ ਦੇ ਪ੍ਰੇਮੀ ਨੂੰ ਮੋਗਾ ਪੁਲਿਸ ਨੇ 24 ਘੰਟੇ ਅੰਦਰ ਗ੍ਰਿਫਤਾਰ ਕੀਤਾ, ਜਿਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਇਸ ਬਾਰੇ ਜਾਣਕਾਰੀ ਦਿੰਦੇ ਆ ਮੋਗਾ ਦੇ DSP ਲਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਮ੍ਰਿਤਕ ਹਰਪਾਲ ਕੌਰ ਦੇ ਪ੍ਰੇਮੀ ਮੰਨੀ ਨੂੰ ਸ਼ੱਕ ਸੀ ਕਿ ਉਸਦੀ ਪ੍ਰੇਮਿਕਾ ਹਰਪਾਲ ਕੌਰ ਦੇ ਕਿਸੇ ਹੋਰ ਦੇ ਨਾਲ ਵੀ ਨਜਾਇਜ਼ ਸੰਬੰਧ ਨੇ, ਕਿਉਂਕਿ ਜਦੋਂ ਉਸਨੂੰ ਉਹ ਮਿਲਣ ਆਇਆ ਤਾਂ ਉਸਦੇ ਕਮਰੇ ਵਿੱਚ ਕਿਸੇ ਲੜਕੇ ਦੇ ਕੱਪੜੇ ਪਏ ਸਨ, ਜਿਸ ਤੋਂ ਬਾਅਦ ਮੁਲਜ਼ਮ ਵੱਲੋਂ ਹਰਪਾਲ ਕੌਰ ਨੂੰ ਧੱਕਾ ਮਾਰਿਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ 24/9/24 ਦੀ ਰਾਤ ਦੀ ਹੈ। ਇਹ ਹਰਪਾਲ ਕੌਰ ਨਾਂ ਦੀ ਲੇਡੀ ਹੈ, ਜਿਹਦਾ ਪੇਕਾ ਪਿੰਡ ਢੁੱਡੀ ਕੇ ਹੈ ਅਤੇ ਸਹੁਰਾ ਪਿੰਡ ਉਹਦਾ ਹੈਗਾ ਬੁੱਗੀਪੁਰਾ। ਅਤੇ ਉਹਦੀ 3 ਲੜਕੇ ਬੱਚੇ ਆ ਜਿਹੜੇ ਵਿਆਹ ਵਰੇ ਨੇ, ਪਰ ਉਹਦੇ ਆਪਦੇ ਘਰ ਵਾਲੇ ਦੇ ਨਾਲ ਨਹੀਂ ਸੀ ਬਣਦੀ, ਉਹ ਕਿਤੇ ਪੀ ਕੇ ਕੁੱਟਮਾਰ ਕਰਦਾ ਸੀ। ਉਹ ਇਹਨਾਂ ਤੋਂ ਅਲੱਗ ਰਹਿਣ ਲੱਗ ਗਈ ਇੱਥੇ ਅਜੀਤਵਾਲ, ਇੱਕ ਵਿਹੜਾ ਬਣਿਆ ਉਹਦੇ 'ਚ ਇੱਕ ਨੰਬਰ, ਤਾਂ ਉਹ ਇਹਨੂੰ ਮਿਲਣ ਮੁਲਣ ਹਫ਼ਤੇ ਬਾਅਦ ਆਉਂਦਾ ਹੁੰਦਾ ਸੀ। ਅਤੇ ਜਿਸ ਦਿਨ ਇਹ 24/9/24 ਨੂੰ ਆਇਆ ਮਿਲਣ ਉਹਨੂੰ, ਅਤੇ ਇਹਦੇ ਇੱਥੇ ਕਿਸੇ ਲੜਕੇ ਦੇ ਕੱਪੜੇ ਪਏ ਦੇਖ ਲਏ, ਜਿਸ 'ਤੇ ਉਹਨੂੰ ਇਹ ਸ਼ੱਕ ਹੋ ਗਿਆ ਵੀ ਇਹਦੇ ਕਿਸੇ ਹੋਰ ਨਾਲ ਸੰਬੰਧ ਹੈ। ਉਸ ਵਜ੍ਹਾ ਨੂੰ ਲੈ ਕੇ ਇਹਨਾਂ ਦੀ ਆਪਸ 'ਚ ਝਗੜਾ ਤਕਰਾਰ ਹੋ ਗਈ। ਉਸ ਝਗੜੇ ਦੇ ਦੌਰਾਨ ਇਹਦੇ ਉਹਨੇ ਧੱਕਾ ਧੁੱਕਾ ਮਾਰਿਆ ਅਤੇ ਇਹਦੇ ਸਿਰ 'ਚ ਸੱਟ ਵੱਜ ਗਈ। ਇਹਦੇ ਸਿਰ 'ਚ ਵੀ ਸੱਟ ਲੱਗੀ ਅਤੇ ਇਹਦੀ ਖੱਬੀ ਸੱਜੀ ਗੱਲ ਦੇ ਉੱਤੇ ਵੀ ਸੱਟ ਲੱਗੀ ਸੀ। ਅਤੇ ਇਹ ਉੱਥੋਂ ਭੱਜ ਗਿਆ ਅਤੇ ਉਹਦੀ ਲੇਡੀ ਦੀ ਜਿਹੜੀ ਹੈ ਮੌਤ ਹੋ ਗਈ। ਸਵੇਰੇ ਉੱਠ ਕੇ ਲੋਕਾਂ ਨੇ ਦੇਖਿਆ ਵੀ ਉਹ ਉੱਥੇ ਮਰੀ ਪਈ ਸੀ। ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਇੱਕ ਹਵਾਲਾਤੀ ਦੀ ਮੌਤ ਹੋਣ ਦੀ ਖਬਰ ਹੈ, ਜਿਸ ਤੋਂ ਬਾਅਦ ਹਵਾਲਾਤੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਹਵਾਲਾਤੀ ਗੁਰਦਿੱਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਤੋਂ 4-5 ਸਾਲ ਪਹਿਲਾਂ ਉਹਨਾਂ ਦੇ ਨੌਜਵਾਨ ਲੜਕੇ ਗੁਰਦਿੱਤ ਸਿੰਘ ਦਾ ਲੜਾਈ ਝਗੜੇ ਦੇ ਮਾਮਲੇ 'ਚ ਪਰਚਾ ਦਰਜ ਹੋਇਆ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਹੀ ਆਪਣੀਆਂ ਤਰੀਕਾਂ ਵੀ ਭੁਗਤ ਰਿਹਾ ਸੀ, ਲੇਕਿਨ ਉਸਦੀਆਂ ਲੱਤਾਂ 'ਤੇ ਸੱਟ ਲੱਗਣ ਕਾਰਨ ਉਹ ਮਾਨਯੋਗ ਅਦਾਲਤ ਵਿੱਚ ਤਰੀਕਾ ਨਹੀਂ ਭੁਗਤ ਸਕਿਆ, ਜਿਸ ਦੇ ਕਾਰਨ ਅਦਾਲਤ ਵੱਲੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਅਤੇ ਬਾਅਦ ਵਿੱਚ
ਪੀਓ ਸਟਾਫ ਵੱਲੋਂ 10 ਦਿਨ ਪਹਿਲਾਂ ਘਰ ਆ ਕੇ ਉਹਨਾਂ ਦੇ ਨੌਜਵਾਨ ਲੜਕੇ ਨੂੰ ਗ੍ਰਿਫਤਾਰ ਕਰਕੇ ਲੈ ਕੇ ਅਤੇ ਪੀਓ ਸਟਾਫ ਦੇ ਅਧਿਕਾਰੀਆਂ ਨੇ ਭਰੋਸਾ ਦਵਾਇਆ ਕਿ ਉਸਦੀਆਂ ਮੈਡੀਕਲ ਰਿਪੋਰਟਾਂ ਨਾਲ ਤੋਂ ਬਾਅਦ ਉਸਨੂੰ ਘਰ ਭੇਜ ਦਿੱਤਾ ਜਾਏਗਾ। ਲੇਕਿਨ ਬਾਅਦ 'ਚ ਪਤਾ ਲੱਗਿਆ ਕਿ ਉਹਨਾਂ ਦੇ ਬੇਟੇ ਗੁਰਦਿੱਤ ਸਿੰਘ ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ ਅਤੇ ਅੱਜ ਉਹਨਾਂ ਨੂੰ ਸਵੇਰੇ ਅੰਮ੍ਰਿਤਸਰ ਜੇਲ੍ਹ ਤੋਂ ਫੋਨ ਆਇਆ ਕਿ ਉਹਨਾਂ ਦਾ ਬੇਟਾ ਬਿਮਾਰ ਹੈ ਅਤੇ ਉਸਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਭਰਤੀ ਕਰਾਇਆ ਗਿਆ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਬੇਟੇ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਨਿਕਲਿਆ ਕਿ ਇਹਨੇ ਤਰੀਕਾਂ ਨਹੀਂ ਭੁਗਤੀਆਂ, ਪੁਲਿਸ ਵਾਲੇ ਘਰ ਆਏ ਆ ਅਤੇ ਅਸੀਂ ਕਿਹਾ ਕਿ ਜ਼ਮਾਨਤ ਲਾਈ ਹੋਈ ਆ, ਇਸ ਕਰਕੇ ਅਤੇ ਉਹ ਸਾਰੇ ਡਾਕੂਮੈਂਟਸ ਵੀ ਉਹਦੇ ਦਿਖਾਏ ਆ ਮੈਡੀਕਲ ਵਾਲੇ, ਉਹ ਵੀ ਲੈ ਗਏ ਉਹਨਾਂ ਨੇ, ਉਹ ਵੀ ਗਾਇਬ ਕਰ ਦਿੱਤੇ ਆ। ਫਿਰ ਇਹਨੂੰ ਘਰੋਂ ਲੈ ਕੇ ਗਏ ਕਿ ਨਾ ਖੜੋ, ਜ਼ਬਰਦਸਤੀ ਲੈ ਕੇ ਗਏ ਕਿ ਅਸੀਂ ਆਪਣੀ ਜ਼ਿੰਮੇਵਾਰੀ 'ਤੇ ਖੜਾਂਗੇ। ਹਰਤੇਜ ਸਿੰਘ ਪੁਲਿਸ ਵਾਲਾ, ਹਰਤੇਜ ਸਿੰਘ ਪੁਲਿਸ ਵਾਲਾ, ਦੋ ਨਾਲ ਹੋਰ ਹੈਗੇ ਸੀ ਅਤੇ ਬਾਅਦ ਵਿੱਚ ਉੱਥੇ ਲੈ ਗਏ, ਉਹਨਾਂ ਨੇ ਗੱਲ ਗੁੱਲ ਨਹੀਂ ਕਰਾਈ। ਫਿਰ ਉਹਨੂੰ ਘਰੇ ਲੈ ਕੇ ਆਏ, ਉਹਦੇ ਨੱਕ 'ਤੇ ਵੀ ਰਗੜ ਲੱਗੀ ਹੋਈ ਸੀ, ਸੱਟ ਲੱਗੀ ਹੋਈ ਸੀ, ਉਹਨੇ ਇੰਨਾ ਰੋਂਦਾ ਸੀ ਕਿ ਮੈਨੂੰ ਇਹਨਾਂ ਨੇ ਮਾਰਿਆ ਹੋਇਆ, ਕਿਉਂਕਿ ਮਾਰਨ ਦਾ ਉਹਨਾਂ ਦਾ ਤਾਂ ਮਤਲਬ ਸੀ ਕਿ ਅਗਰ ਉਹਦੇ 'ਤੇ ਕੋਈ ਮਤਲਬ ਨਸ਼ਾ ਫੜਿਆ ਗਿਆ ਜਾਂ ਕੋਈ ਗੱਲਬਾਤ ਹੋਈ ਆ, ਪੀ ਓ ਦੇ ਵਿੱਚ ਮਾਰਨ ਦਾ ਕੋਈ ਮਤਲਬ ਨਹੀਂ ਹੁੰਦਾ। ਹਾਂਜੀ, ਪੀ ਓ ਸਟਾਫ ਲੈ ਕੇ ਗਿਆ ਜੇਲ੍ਹ ਦਾ, ਕਿ ਠਾਣੇ ਡੈਡੀ ਗਏ ਆ ਅਤੇ ਉਹ ਕਹਿੰਦੇ ਆ ਕਿ ਇਹਦਾ ਇੱਥੇ ਨਿਬੜ ਜਾਣਾ ਵਾ, ਉਹਦੇ ਡਾਕੂਮੈਂਟਸ ਦਿਖਾਓ ਮੈਡੀਕਲ ਦੇ। ਬਾਅਦ ਵਿੱਚ ਨਾ ਉਹਨਾਂ ਨੇ ਸਾਨੂੰ ਮਿਲਾਇਆ ਅਤੇ ਨਾ ਸਾਨੂੰ ਪਤਾ ਕਿ ਇਹਨੂੰ ਜੇਲ੍ਹੇ ਲੈ ਗਏ ਆ। ਮੁੰਡੇ ਦਾ 3-4 ਦਿਨ ਬਾਅਦ ਫੋਨ ਆਇਆ ਕਿ ਮੈਨੂੰ ਜੇਲ੍ਹੇ ਭੇਜ ਦਿੱਤਾ ਹੋਇਆ ਵਾ ਅਤੇ ਮੈਨੂੰ ਬਹੁਤ ਇਹਨਾਂ ਨੇ ਮਾਰਿਆ ਵਾ ਅਤੇ ਮੈਨੂੰ ਮਿਲ ਕੇ ਜਾਓ। ਚੰਗਾ ਭਲਾ 2 ਦਿਨ ਪਹਿਲਾਂ ਵੀ ਉਹਦੀ ਕਾਲ ਆਈ ਆ ਭਾਜੀ, ਅਤੇ ਅੱਜ ਸਵੇਰੇ ਪੁਲਿਸ ਵਾਲੇ ਦਾ ਫੋਨ ਆਇਆ ਕਿ ਤੁਹਾਡਾ ਮੁੰਡਾ ਸੀਰੀਅਸ ਹੈ ਅਤੇ ਹੋਸਪਿਟਲ ਆਓ। ਮੰਮੀ ਡੈਡੀ ਆਏ ਰੋਟੀ ਲੈ ਕੇ ਅਤੇ ਆਉਂਦਿਆਂ ਪੁਲਿਸ ਵਾਲੇ ਵੀ ਨਹੀਂ ਮੱਥੇ ਲੱਗੇ, ਗਾਇਬ ਹੋ ਗਏ ਆ, ਅਤੇ ਕਿਸੇ ਕੋਲ ਪੁੱਛਿਆ ਤਾਂ ਉਹ ਕਹਿੰਦੇ ਤੁਹਾਡਾ ਮੁੰਡਾ ਉੱਥੇ ਪਾਇਆ ਪਾਸ ਪੋਸਟਮਾਰਟਮ ਦੇ, ਉੱਥੇ ਹੈਗਾ ਹੋਸਪਿਟਲ। ਗੁਰਦਾਸਪੁਰ ਦੇ ਇੱਕ ਨਵੇਂ ਬਣੇ ਨਿੱਜੀ ਹਸਪਤਾਲ ਦੇ ਖਿਲਾਫ਼ ਇੱਕ ਨੌਜਵਾਨ ਦੀ ਮੌਤ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਡਾਕਟਰਾਂ ਦੇ ਵਤੀਰੇ ਕਾਰਨ ਮਾਮਲਾ ਹਾਈਵੇ ਜਾਮ ਕਰਨ ਤੱਕ ਪਹੁੰਚ ਗਿਆ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਨੌਜਵਾਨ ਆਸ਼ੂਤੋਸ਼ ਮਹਾਜਨ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ ਦੀ ਮੌਤ ਹੋ ਗਈ ਹੈ ਅਤੇ ਉਸਨੂੰ ਹਸਪਤਾਲ ਦੇ ਡਾਕਟਰਾਂ ਵੱਲੋਂ ਵੈਂਟੀਲੇਟਰ 'ਤੇ ਲਗਾ ਕੇ ਰੱਖਿਆ ਗਿਆ ਅਤੇ ਉਸਦੀ ਮੌਤ ਦੀ ਘੋਸ਼ਣਾ ਨਹੀਂ ਕੀਤੀ ਗਈ। ਉਲਟਾ ਉਹਨਾਂ ਨੂੰ ਭਰਮਾਇਆ ਜਾ ਰਿਹਾ ਹੈ ਕਿ ਨੌਜਵਾਨ ਜ਼ਿੰਦਾ ਹੈ ਅਤੇ ਇਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ। ਜਾਣਕਾਰੀ ਦੇ ਅਨੁਸਾਰ ਆਸ਼ੂਤੋਸ਼ ਮਹਾਜਨ ਨੂੰ ਪਿਛਲੇ ਬੁੱਧਵਾਰ ਯਾਨੀ ਕਿ 8 ਦਿਨ ਪਹਿਲਾਂ ਮੈਰੀਟੋਰੀ ਸਕੂਲ ਦੇ ਸਾਹਮਣੇ ਸਥਿਤ ਗੁਰਦਾਸਪੁਰ ਮੈਡੀਸਿਟੀ ਹਸਪਤਾਲ 'ਚ ਪੱਥਰੀ ਦੇ ਆਪਰੇਸ਼ਨ ਲਈ ਦਾਖਲ ਕਰਾਇਆ ਗਿਆ ਸੀ, ਜਿਸ ਦਾ ਬੀਤੇ ਦਿਨੀ ਆਪਰੇਸ਼ਨ ਹੋਇਆ ਅਤੇ ਦੇਰ ਸ਼ਾਮ ਉਹਨੂੰ ਹੋਸ਼ ਵੀ ਆਈ ਪਰ ਉਸਨੇ ਬਾਂਹ ਸੁੰਨ ਹੋਣ ਦੀ ਸ਼ਿਕਾਇਤ ਕੀਤਾ। ਹਸਪਤਾਲ ਦੇ ਸਟਾਫ ਵੱਲੋਂ ਉਸਨੂੰ ਇੱਕ ਟੀਕਾ ਲਗਾਇਆ ਗਿਆ ਜਿਸ ਤੋਂ ਕੁਝ ਦੇਰ ਬਾਅਦ ਉਸਨੇ ਜ਼ੋਰ ਨਾਲ ਚੀਕ ਮਾਰੀ ਤਾਂ ਉਦੋਂ ਤੋਂ ਹੀ ਉਸਦਾ ਸਰੀਰ ਬਿਲਕੁਲ ਹਰਕਤ ਰਹਿਤ ਪਿਆ, ਜਦੋਂ ਕਿ ਦੇਰ ਰਾਤ ਡਾਕਟਰਾਂ ਵੱਲੋਂ ਉਸਨੂੰ ਵੈਂਟੀਲੇਟਰ 'ਤੇ ਲਗਾ ਦਿੱਤਾ ਗਿਆ ਅਤੇ ਉਹ 2 ਤੋਂ ਉਸਦੇ 3 ਦਿਨ ਤੋਂ ਉਸਦੇ ਜ਼ਿੰਦਾ ਹੋਣ ਦਾ ਦਾਅਵਾ ਕਰਕੇ ਉਸਨੂੰ ਅੰਮ੍ਰਿਤਸਰ ਲਿਜਾਣ ਲਈ ਕਹਿ ਰਹੇ ਨੇ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਡਾਕਟਰ ਆਪਣੀ ਅਣਗਹਿਲੀ ਲੁਕਾਉਣ ਲਈ ਉਹਨਾਂ ਨੂੰ ਭਰਮਾ ਰਹੇ ਨੇ। ਤੇ 10 ਵਜੇ ਆਪਰੇਸ਼ਨ ਕਰਕੇ ਨੀਚੇ ਆ ਗਏ ਆ, ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈ ਹੈ ਔਰ ਇਹਨਾਂ ਨੇ ਗੱਲ ਵੀ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ ਤੇ ਡਾਕਟਰ ਨਾਲ ਗੱਲ ਕੀਤੀ ਹੈ, ਡਾਕਟਰ ਨੇ ਇੱਕ ਇੰਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ, ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾ ਦਿੱਤੀ। ਜਦੋਂ ਇਹਨਾਂ ਨੇ ਮੂੰਹ 'ਚ ਗੋਲੀ ਪਾਈ ਹੈ ਤੇ ਮਤਲਬ ਕਿ ਇਹਨਾਂ ਨੂੰ ਨੀਂਦ ਆਉਣ ਲੱਗ ਪਈ ਤੇ ਇਹ ਵੀ ਨਹੀਂ ਕਹਿੰਦੇ ਕਿ ਤੂੰ ਸ਼ਿਲਪਾ ਉੱਪਰ ਚੱਲ ਜਾ, ICU ਵਿੱਚ ਇਹ ਰੁਕਣ ਨਹੀਂ ਦੇਣ ਦੇ ਲਾਂਗੇ। ਜਿੱਦਾਂ ਹੀ ਮੈਂ ਉੱਪਰ ਚੱਲ ਗਈ ਤੇ 1 ਘੰਟੇ ਬਾਅਦ ਇਹਨਾਂ ਦੀ ਕੋਈ ਸਟਾਫ ਦੀ ਲੜਕੀ ਉੱਪਰ ਆਈ ਤੇ ਮੈਨੂੰ ਕਹਿੰਦੀ ਕਿ ਨੀਚੇ ਆਓ ਜਲਦੀ। ਮੈਂ ਜਿੱਦਾਂ ਹੀ ਆਈ ਤੇ ਆਉਂਦੇ ਦੇਖਿਆ ਇਹਨਾਂ ਦਾ ਹਾਰਟ ਨਹੀਂ ਕੰਮ ਕਰਨ ਦਿਆ ਸਰ, ਉਸ ਟਾਈਮ ਤੇ ਸਾਰੇ ਉਹਨਾਂ ਨੂੰ ਪ੍ਰੈਸ ਕਰਨ ਦੇ, 2 ਵਜੇ ਤੋਂ ਲੈ ਕੇ ਸਰ ਕਿੰਨਾ ਟਾਈਮ ਹੋ ਗਿਆ, ਉਹਨਾਂ ਨੂੰ ਕੋਈ ਹੋਸ਼ ਨਹੀਂ ਆਉਂਦੀ, ਕੋਈ ਟ੍ਰੀਟਮੈਂਟ ਨਹੀਂ ਹੋਣ ਦਿਆ ਸਰ ਇਹਨਾਂ ਦਾ, ਪਲੀਜ਼ ਇਹਨਾਂ ਦਾ ਕੁਛ ਕਰੋ ਯਾਰ। ਕੀ ਕਹਿੰਦੇ ਕੀ ਹੋ ਗਿਆ ਇਹਨੂੰ? ਉਹ ਕਹਿੰਦੇ ਕਿ ਇਹਨਾਂ ਦੇ ਬ੍ਰੇਨ 'ਚ ਕਲੋਟ ਬਣ ਗਿਆ ਵਾ, ਉਹ ਕੋਈ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ, 1 ਬਾਜੂ ਤੇ 1 ਲੈਗ ਹਿੱਲੀ ਆ ਤੇ ਆਸ਼ੂ ਨੇ ਜ਼ੋਰ ਦੀ ਆਵਾਜ਼ ਲਗਾਈ ਹੈ ਕਿ ਮੇਰੀ ਦਰਦ ਹੋ ਰਹੀ ਆ। ਉਸ ਤੋਂ ਬਾਅਦ ਸਰ ਇਹਨਾਂ ਨੂੰ ਹੋਸ਼ ਹੀ ਨਹੀਂ ਕੋਈ ਆਈ,
ਔਰ ਮੇਰੇ ਕੋਲ ਇਹ ਆ ਕੇ ਕਹਿ ਰਹੇ ਸੀ ਕਿ ਮੇਰਾ ਪੈਰ ਗੁਰਦੇ ਚ ਪੱਥਰੀ ਆ, ਉਹਦਾ ਆਪਰੇਸ਼ਨ ਕਰ ਦਿਓ। ਉਹਨਾਂ ਚਿਰ ਅਸੀਂ ਆਪਰੇਸ਼ਨ ਨਹੀਂ ਕਰ ਸਕਦੇ ਜਿੰਨਾ ਚਿਰ ਤੱਕ ਉਹਦੀ ਇਨਫੈਕਸ਼ਨ ਠੀਕ ਨਾ ਹੋਏ। ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ, ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਉਹਦੀ ਸਰਜਰੀ ਕੀਤੀ ਹੈ। ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ, ਸਰਜਰੀ ਦੇ ਵਿੱਚ ਕੋਈ ਕੰਪਲੀਕੇਸ਼ਨ ਨਹੀਂ। ਉਸ ਤੋਂ ਬਾਅਦ 1:30 ਵਜੇ ਰਾਤੀ ਅੰਦਾਜ਼ਾ ਉਹਨਾਂ ਨੂੰ ਦੌਰਾ ਆਇਆ, ਸੀਜ਼ਰ ਆਇਆ। ਸੀਜ਼ਰ ਦੇ ਵਿੱਚ ਪੇਸ਼ੈਂਟ ਨੂੰ ਮੂੰਹ 'ਚੋਂ ਝੱਗ ਨਿਕਲੀ ਹੈ ਅਤੇ ਲੱਤਾਂ ਬਾਹਾਂ ਦੀ ਵੀਕਨੈਸ, ਰਾਈਟ ਸਾਈਡ ਦੀ ਵੀਕਨੈਸ ਆਈ। ਉਸ ਤੋਂ ਬਾਅਦ ਨਾਲ ਦੀ ਨਾਲ ਹੀ ਪੇਸ਼ੈਂਟ ਜਿਹੜਾ ਵਾ ਉਹ ਕਾਰਡਿਕ ਐਂਡ ਪਲਮਨਰੀ ਅਰੈਸਟ 'ਤੇ ਗਿਆ। ਉਹ ਨਾਲ ਅਸੀਂ CPR ਕਰਕੇ ਪੇਸ਼ੈਂਟ ਨੂੰ ਰਿਵਾਈਵ ਕਰ ਲਿਆ, ਉਹਨੂੰ ਵੈਂਟੀਲੇਟਰ ਦੇ ਉੱਤੇ ਲਗਾ ਦਿੱਤਾ। ਸਾਰੇ ਕੰਮ ਨੂੰ ਸਾਰੀ ਟੀਮ, ਸਾਰੇ ਅਨਸਥੈਟਿਸਟ, ਮੈਡੀਕਲ ਸਪੈਸ਼ਲਿਸਟ, ਸਾਰੇ ਜਾਣਿਆਂ ਨੇ ਰਲ ਕੇ ਟੀਮ ਵਰਕ ਕੀਤਾ। ਉਸ ਤੋਂ ਬਾਅਦ ਸਾਨੂੰ ਇਹਦਾ ਜਿਹੜਾ ਡਾਇਗਨੋਸ ਬਣਦਾ ਸੀ ਉਹ ਹਦਰੰਗ ਦਾ ਹੀ ਦਿਖ ਰਿਹਾ ਸੀ ਤੁਹਾਨੂੰ। ਆਪਰੇਸ਼ਨ ਨਾਲ ਇਹਦਾ ਕੋਈ ਲੈਣ ਦੇਣ ਨਹੀਂ ਸੀਗਾ। ਉਹ ਹਦਰੰਗ ਦੇ ਇਲਾਜ ਕਰਕੇ ਅਸੀਂ ਪੇਸ਼ੈਂਟ CT ਕਰਾਈ। CT ਵੀ ਰਾਤ ਨੂੰ ਅਸੀਂ 4 ਡਾਕਟਰ ਨਾਲ ਗਏ, ਫਿਰ CT ਕਰਾ ਕੇ ਲੈ ਕੇ ਆਏ ਐਂਬੂਲੈਂਸ ਦੇ ਵਿੱਚ ਖੁਦ ਜਾ ਕੇ। ਉਹ CT ਤੋਂ ਇਹ ਗੱਲ ਕਲੀਅਰ ਹੁੰਦੀ ਹੈ ਕਿ ਉਹਨੂੰ ਹਦਰੰਗ ਦਾ ਦੌਰਾ ਆਇਆ। ਉਹਦੇ ਘਰਦਿਆਂ ਨੂੰ ਦੱਸਿਆ ਗਿਆ ਕਿ ਹਾਂ ਬਈ ਇਹਨੂੰ ਹਦਰੰਗ ਦਾ ਦੌਰਾ ਹੈ, ਇਹਨੂੰ ਕਿਸੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਏ। ਪਰ ਉਹ ਲਗਾਤਾਰ ਇਸ ਚੀਜ਼ ਨੂੰ ਰਿਫਿਊਜ਼ ਕਰ ਰਹੇ ਆ, ਰਾਤ ਦੇ ਕਰ ਰਹੇ ਆ, ਤਕਰੀਬਨ 1:30 ਵਜੇ 3:30 ਵਜੇ ਤੋਂ ਰਿਫਿਊਜ਼ ਕਰ ਰਹੇ ਆ ਕਿ ਅਸੀਂ ਕਿਤੇ ਨਹੀਂ ਹੋਰ ਲੈ ਕੇ ਜਾਣਾ, ਸਾਡਾ ਪੇਸ਼ੈਂਟ ਜਾਂ ਇੱਥੋਂ ਜਿੰਦਾ ਜਾਊ ਜਾਂ ਮਰਿਆ ਜਾਊ। ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।